ਅੰਮ੍ਰਿਤਸਰ ਵਿਖੇ ਕਿਸਾਨਾਂ ਦੇ ਕਰਜ਼ ਮੁਆਫ਼ੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਨਾ ਪੂਰਾ ਕਰਨ ਦੇ ਵਿਰੋਧ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਵੱਲੋਂ ਅੱਜ ਦੇ ਦਿਨ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਕੋਠੀਆਂ ਘੇਰਨ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਤੋਂ ਗੁਰਮੀਤ ਬਾਜਵਾ, ਆਜ਼ਾਦ ਟੀਵੀ ਨਿਊਜ਼। ਬੀਬੀ ਨਵਜੋਤ ਕੌਰ ਸਿੱਧੂ ਜੀ ਮਿਲੇ ਆ, ਵਿਸ਼ਵਾਸ ਇਸ ਗੱਲ 'ਤੇ ਦਵਾਇਆ ਗਿਆ ਵੀ ਮੈਂ ਸਿੱਧੂ ਸਾਹਿਬ ਕੈਬਨਿਟ ਮੰਤਰੀ ਸਾਹਿਬ ਨਾਲ ਗੱਲ ਕਰਦੀ ਹਾਂ ਅਤੇ ਜਿਹੜੀ ਅਸੀਂ ਉੱਦਾਂ ਗਾੜੀ ਪ੍ਰਪੋਜ਼ਲ ਲਿਖੀ ਵੀ ਜਿਹੜਾ ਮੰਗ ਪੱਤਰ ਅਸੀਂ ਦਿੱਤਾ ਉਹਦਾ ਕੋਈ ਠੋਸ ਹੱਲ ਸਾਡੇ ਹਿਸਾਬ ਨਾਲ ਵੀ ਮੀਟਿੰਗ ਕਰਾਈ ਜਾਵੇ ਮੁੱਖ ਮੰਤਰੀ ਪੰਜਾਬ ਨਾਲ ਆਪਸ ਲਈ, ਉਹਦੇ ਵਿੱਚ ਕੈਪਟਨ ਸਾਹਿਬ ਕੋਲ ਠੋਸ ਹੱਲ ਕੱਢਣ ਦੇ ਨਾ, ਠੀਕ ਹੈ? ਅੱਜ ਤਾਂ ਹੈਗਾ ਹੀ ਆ। ਉਹ ਕਹਿੰਦੇ ਵੀ ਮੈਂ ਗੱਲ ਕਰਕੇ ਇਹ ਮੀਟਿੰਗ ਤੁਹਾਡੀ ਤੈਅ ਕਰਾਉਣੀ ਹੈ, ਇਹੀ ਗੱਲਬਾਤ ਹੋਈ ਆ। ਹੁਣ ਵੇਖਣ ਵਾਲੀ ਗੱਲ ਹੈ ਵੀ ਬੀਬੀ ਸਿੱਧੂ ਸਾਹਿਬ ਉਹ ਕਦੋਂ ਤੱਕ ਮਸਲੇ ਬਾਰੇ ਹੱਲ ਕਰਨਗੇ। ਬਸ ਇਹ ਤਾਂ ਇਹਨਾਂ 'ਤੇ ਡਿਪੈਂਡ ਕਰਦੇ, ਜੇ ਤਾਂ ਇਹ ਕੋਈ ਠੋਸ ਸਾਨੂੰ ਲੱਗਦਾ ਹੋਊ ਇੱਕ ਸਰਕਾਰ ਸੰਜੀਦਾ ਵਾ, ਇਹ ਜੱਚ ਕੇ ਗੱਲ ਕਰ ਰਹੀ ਆ ਇਹਨਾਂ ਮਸਲਿਆਂ ਕਿਸਾਨਾਂ ਮਜ਼ਦੂਰਾਂ ਦਾ ਠੋਸ ਹੱਲ ਕਰਨਾ ਚਾਹੁੰਦੀ ਆ, ਅਤੇ ਫਿਰ ਅਸੀਂ ਅੱਜ ਹੀ ਚੱਲੂਗਾ। ਜੇ ਸਾਨੂੰ ਲੱਗਾ ਹੋ ਵੀ ਸਰਕਾਰ ਸੰਸੀਅਰਸ ਨਹੀਂ ਹੈਗੀ ਫਿਰ ਸਾਡੀ ਸੂਬਾ ਕਮੇਟੀ ਵਿਚਾਰ ਕਰਕੇ ਇਹਨੂੰ ਲੰਮਾ ਵੀ ਚਲਾ ਸਕਦੇ, ਠੀਕ ਹੈ? ਸਰਕਾਰ ਅਰੇਂਜ ਕਰੇ ਨਾ ਐਸੇ ਪੂਲ ਜਿਸੇ ਬਾਹਰ ਹੋਤਾ ਹੈ ਕਿ ਉਤਨੇ ਟਾਈਮ ਕੇ ਲੀਏ ਮਸ਼ੀਨ ਉਠਾਓ, ਤੋ ਯੇ ਹੱਲ ਸਰਕਾਰ ਕੋ ਸੋਚਨਾ ਪੜੇਗਾ ਔਰ ਸਾਥ ਮੇਂ ਇਨਕੋ ਬੈਠਨਾ ਪੜੇਗਾ ਤਭੀ ਹੱਲ ਨਿਕਲੇਗਾ। ਇਤਿਹਾਸ ਮੇਂ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਫਾਰਮਰ ਸੁਸਾਈਡ ਕਰ ਰਿਹਾ ਤੋ ਸੀਐਮ ਕਾ ਨਾਮ ਲੈ ਕੇ ਜਾ ਰਿਹਾ ਹੈ ਕਿ ਚੁਣਾਵ ਸੇ ਪਹਿਲੇ ਜੋ ਵਾਅਦੇ ਕੀਏ ਗਏ ਤੇ ਵੋ ਨਹੀਂ ਪੂਰੇ ਹੋ ਜਾ। ਇਤਨੀ ਜਲਦੀ ਵਾਅਦੇ ਅਗਰ ਹਮ ਸੋਚੇਂਗੇ ਇਤਨੀ ਜਲਦੀ ਤੋ ਪਤਾ ਹੀ ਨਹੀਂ ਹੋਤਾ ਪਿਛਲੀ ਸਰਕਾਰ ਕਿਆ ਦੇ ਕੇ ਗਈ। ਆਪ ਸਭ ਕੋ ਪਤਾ ਹੈ ਕਿ ਜਹਾਂ ਪੇ ਹੱਥ ਡਾਲੋ ਜਿਸ ਪੇ ਵਹਾਂ ਪੇ ਕਰਜ਼ਾ ਹੀ ਕਰਜ਼ਾ ਹੈ, ਕਹੀਂ ਪੈਸਾ ਨਹੀਂ ਹੈ। ਪਰ ਹਾਂ ਉਸਕੇ ਲੀਏ ਕਿ ਉਹ ਪੈਸੇ ਕੈਸੇ ਇਕੱਠੇ ਕਰਨੇ ਹੈ, ਲਗੇ ਹੋਏ ਮੰਤਰੀ ਸਾਰੇ ਲਗੇ ਹੋਏ ਕਿ ਕਹਾਂ ਕਹਾਂ ਹੋਏ, ਪਰ ਸਿਸਟਮ ਇਤਨਾ ਗੰਦਾ ਹੈ। ਹਾਈਕੋਰਟ ਸਪੋਰਟ ਕਰਤਾ ਹੈ, ਹਮ ਪੈਸੇ ਹਮ ਲਾਨੇ ਕੋ ਤਿਆਰ ਹੈ। ਨਵਜੋਤ ਸਿੱਧੂ ਕੇ ਪਾਸ ਇਤਨੀ ਫਾਈਲੇ ਹੈ ਕਿ ਵੋ ਪੈਸੇ ਲਾਨੇ ਕੋ ਤਿਆਰ ਹੈ, ਪਰ ਯੇ ਸਿਸਟਮ ਕੋ ਕਿਆ ਕਰੇ। ਹਰ ਚੋਰ ਬੀਚ ਮੇ ਜੋ ਇਨ੍ਹੋਂਨੇ ਸਾਰੇ ਆਈ ਏ ਐਸ ਆਫਿਸਰਸ ਕੋ ਇਨਵੋਲਵ ਕੀਆ, ਸਾਰੇ ਨੀਚੇ ਕੇ ਲੋਗੋ ਕੋ ਇਨਵੋਲਵ ਕੀਆ, ਪੈਸੇ ਕੇ ਉਸਮੇ ਕੋਈ ਫਾਈਲ ਹੀ ਨਹੀਂ ਨਿਕਾਲ ਕੇ ਦੇਤਾ। ਅਬ ਕੇਬਲ ਕੀ ਫਾਈਲ ਹੈ, ਸਭ ਕੋ ਪਤਾ ਹੈ ਕਿ ਇੱਕ ਮੋਨੋਪੋਲੀ ਹੋਈ ਹੈ, ਪਰ ਫਾਈਲੇ ਗਾਏ ਵੋ ਕੱਲ ਨੂੰ ਜਾਣੇ ਕੀ ਮੋਲ ਡਾਨੇ ਗਏ ਫਾਈਲ ਗਾਇਮ ਗੁੰਮ ਹੋ ਗਈ। ਆਪ ਇਮੇਜਿਨ ਕਰ ਸਕਤੇ ਹੋ ਕਿ ਫਾਈਲ ਗੁੰਮ ਹੋ ਜਾਏ, ਸਰਕਾਰੀ ਅਫਸਰ ਸੇ ਫਾਈਲ ਗੁੰਮ ਹੋ ਜਾਏ, ਤੋ ਫਾਈਲ ਹੀ ਨਹੀਂ, ਤੋ ਯੇ ਮਜਬੂਰੀ ਹੈ, ਹਾਈਕੋਰਟ ਜਾ ਕੇ ਸਟੇ ਦੇ ਦਿੱਤੀ ਹੈ, ਚੋਰੋ ਕੋ ਕਿਉਂ ਸਟੇ ਦੇ ਰਹੇ ਹੋ? ਇਤਨੇ 10 ਸਾਲ ਸੇ ਵੋ ਬੈਠੇ ਥੇ ਤੋ ਪਹਿਲੇ ਇਤਨਾ ਪ੍ਰੋਬਲਮ ਨਾ ਕਰਤੇ, ਹਮ ਤੋ ਅਭੀ ਆਏ ਹੈਂ, ਟਾਈਮ ਹੈ, ਸੋਚ ਰਹੇ ਹੈਂ, ਕਰੇਂਗੇ, ਜਲਦੀ ਸੇ ਜਲਦੀ ਕਰੇਂਗੇ। ਹਮੇ ਵੀ ਦੁੱਖ ਸਮਝ ਹੈ, ਜਿਸ ਬੰਦੇ ਕੇ ਘਰ ਮੇਂ ਰੋਟੀ ਨਹੀਂ ਪੱਕ ਰਹੀ ਵੋ ਤੋ ਕਹੇਗਾ ਨਾ 2 ਦਿਨ ਮੇਂ ਹੱਲ ਨਿਕਲੇ, ਤੋ ਸਰਕਾਰ ਕੋ ਵੀ ਇਸੀ ਤਰ੍ਹਾਂ ਸੋਚਣਾ ਚਾਹੀਏ।